ਤੇ ਇੱਕ ਤਾਸੁਰ ਦਿੱਤਾ ਜਾਂਦਾ ਕਿ ਆਫਤਾਬ ਇਕਬਾਲ ਇੱਕ ਬਹੁਤ ਜ਼ਿਆਦਾ ਸਖਤ ਤੇ ਬੜੇ ਕੰਮ ਲੈਣ ਵਾਲੇ ਬੰਦੇ ਨੇ, ਆਇਆ ਉਹਨਾਂ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਏਗਾ। ਮੈਂ ਤਾਂ ਉਹਨਾਂ ਨਾਲ ਬੜੀ ਦੇਰ ਕੰਮ ਕੀਤਾ, ਮੈਂ ਜਿੰਨਾ ਕੰਮ ਕੀਤਾ ਉਹਨਾਂ ਨਾਲ ਕੀਤਾ, ਬੇਸ਼ੱਕ ਮੈਨੂੰ ਜ਼ਿਆਦਾ ਮਜ਼ਾ ਉਹਨਾਂ ਨਾਲ ਹੀ ਆਇਆ ਤੇ ਮੈਨੂੰ ਇਸ ਤਰ੍ਹਾਂ ਦੇ ਬੰਦਿਆਂ ਨਾਲ ਬਹੁਤ ਅੱਛਾ ਲੱਗਦਾ, ਬੜਾ ਮੈਨੂੰ ਮਜ਼ਾ ਸਿੱਖਣ ਦਾ ਆਉਂਦਾ, ਮੌਕਾ ਮਿਲਦਾ ਹੈ, ਸਿੱਖਣ ਦਾ ਵੀ ਮੌਕਾ ਮਿਲਦਾ, ਫਿਰ ਕੰਮ ਕਰਨ ਦਾ ਮੌਕਾ ਮਿਲਦਾ। ਤੇ ਤੁਸੀਂ ਕੀ ਸਮਝਦੇ ਹੋ ਕਿ ਆਫਤਾਬ ਸਾਹਿਬ ਇਕਬਾਲ ਦੇ ਨਾਲ ਤੁਹਾਡੀ ਐਡਜਸਟਮੈਂਟ ਸਹੀ ਰਹੇਗੀ, ਇਨਸ਼ਾਅੱਲਾ? ਕਿ ਤੁਸੀਂ ਵੀ ਦੂਸਰੇ ਜਿਹੜੇ ਆਰਟਿਸਟ ਨੇ ਸਾਡੇ ਬੜੇ ਮਸ਼ਹੂਰੋ ਮਰੂਫ, ਅਨੀਲ ਬੇਲਾ, ਆਪਣਾ ਸਲੀਮ ਅਲ ਬੇਲਾ, ਫਿਰ ਆਪਣਾ ਸਖਾਵਤ ਨਾਲ, ਨਾਸਰ ਚਨੋਟੀ, ਜ਼ਫਰੀ ਖਾਨ, ਆਲਮੋਸਟ ਸਾਰੇ ਸਟੇਜ ਨੇ ਹੀ ਉਹਨਾਂ ਦੇ ਨਾਲ ਕੰਮ ਕੀਤਾ। ਜੀ ਜੀ ਬਿਲਕੁਲ, ਉਹਦੇ ਵਿੱਚ ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਨਹੀਂ ਕਿ ਉਹਨਾਂ ਨੇ ਕਾਫੀ, ਜਦੋਂ ਉਹਨਾਂ ਨੇ ਇਸ ਕੰਮ ਨੂੰ, ਇਸ ਕੰਮ ਦਾ ਜਦੋਂ ਸ਼ੁਰੂਆਤ ਹੋਈ ਹੈ ਤੇ ਉਹਨਾਂ ਨੇ ਤਾਂ ਸਹੀ ਸਾਹਿਬ ਨਹੀਂ ਕੀਤਾ। ਨਹੀਂ ਨਹੀਂ ਖੌਫ ਕਾਹਦਾ, ਉਹ ਕਿਹੜਾ ਕੋਈ ਸਿਰ 'ਚ ਡਾਂਗ ਮਾਰ ਦਿੰਦੇ ਨੇ, ਉਹ ਕੁਛ ਗੱਲ ਕਰਨੀ ਆ, ਇੱਕ ਅੰਦਾਜ਼ ਹੁੰਦਾ ਨਾ ਬੰਦੇ ਦਾ, ਅੱਛੀ ਆਰਟਿਸਟ, ਉਹਨਾਂ ਦਾ ਅੰਦਾਜ਼ ਬਹੁਤ ਅੱਛਾ ਹੈ, ਉਹ ਆਰਟਿਸਟ ਬਹੁਤ ਅੱਛੇ ਨੇ, ਠੀਕ ਹੈ ਨਾ ਜੀ। ਸਾਡੇ ਨਾਲ ਉਹਨਾਂ ਨੇ ਇੱਕ ਫਿਲਮ ਵੀ ਕੀਤੀ, ਚੱਲ ਮੇਰਾ ਪੁੱਤ, ਬਲਕਿ ਦੋ ਕੀਤੀਆਂ, ਦੋ ਮੂਵੀ ਪਹਿਲੇ 'ਚ ਵੀ ਦੂਜੇ 'ਚ, ਤਿੰਨੇ ਕੀਤੀਆਂ। अस्सलाम वालेकुम, मैं हूं अलीदा शराजी, आप हमारा फेसबुक और यूट्यूब चैनल ARS पाकिस्तान देख रहे हैं, और हमेशा की तरह आपसे रिक्वेस्ट है कि हमारे चैनल को लाइक और सब्सक्राइब करें। आज जिस पर्सनालिटी के साथ आपकी मुलाकात करवाएंगे, उन्होंने पाकिस्तान स्टेज पर सबसे पहले अपना लोहा मनवाया, अपनी बात को मनवाया, और फिर फिल्म में, फिर उसके बाद चढ़ता पंजाब की मूवियों में आपकी मुलाकात करवाते हैं मोस्ट फेमस पर्सनैलिटी जनाब अकरम उदास साहब। अस्सलाम वालेकुम। वालेकुम सलाम शराजी साहब, की हाल? ठीक हो, खरीयत? ਤੁਸੀਂ ਸੁਣਾਓ, ਕੈਸੇ ਚੱਲ ਰਹੇ ਹੋ? ਠੀਕ ਠਾਕ ਮਾਮਲਾ? ਜੀ ਅੱਲਾ ਦੀ ਰਹਿਮਤ, ਸ਼ੁਕਰ ਅਲਹਮਦੁਲਿਲਾ। ਤੇ ਇਹ ਸਾਰੀ ਦੁਨੀਆ ਕਿਉਂ ਕਹਿੰਦੀ ਕਿ ਬੂਟਾ ਗਾਲਾਂ ਕੱਢਦਾ ਹੈ? ਪਤਾ ਨਹੀਂ ਯਾਰ, ਕੱਢੀਆਂ ਨਹੀਂ ਹੈਗੀਆਂ, ਲੇਕਿਨ ਲੋਕਾਂ ਦੀ ਜ਼ੁਬਾਨ ਤੇ ਚੜ ਗਿਆ, ਹਰ ਆਮੋ ਖਾਸ ਦੀ ਜ਼ੁਬਾਨ ਤੇ ਕਿ ਬੂਟਾ ਗਾਲਾਂ ਕੱਢਦਾ। ਹਾਂ, ਇਹ ਅੱਲਾ ਦਾ ਸ਼ੁਕਰ ਹੈ ਸ਼ਰਾਜੀ ਸਾਹਿਬ, ਉਹਦੀ ਦੇਣ ਹੁੰਦੀ ਹੈ ਜੀ ਜਿਹੜਾ ਉੱਤੇ ਬੈਠਾ, ਤੇ ਤੁਹਾਨੂੰ ਇੱਕ ਗੱਲ ਤੋਂ ਨਵਾਜ਼ ਦੇ, ਤੁਸੀਂ ਸਾਰੀ ਜ਼ਿੰਦਗੀ ਕਰਦੇ ਰਹੋ ਤੇ ਤੁਹਾਨੂੰ ਕੁਛ ਨਾ ਮਿਲੇ, ਦਿਲ ਕਰੇ ਤੇ ਇੱਕ ਡਾਇਲੋਗ ਤੋਂ, ਇੱਕ ਸ਼ਾਟ ਤੋਂ, ਇੱਕ ਫਿਲਮ ਤੋਂ ਤੁਹਾਨੂੰ ਉਹ ਇੱਜ਼ਤ ਮਿਲ ਜਾਏ ਤੇ ਫਜ਼ੀਰਾਈ ਮਿਲ ਜਾਂਦੀ ਹੈ ਜੀ। ਅੱਜ ਕੱਲ੍ਹ ਇੱਕ ਨਵੀਂ ਮੂਵੀ ਤੁਹਾਡੀ ਆਈ ਹੈ, ਐਨੀ ਹਾਓ ਮਿੱਟੀ, ਐਨੀ ਹਾਓ ਮਿੱਟੀ ਪਾਓ ਜੀ, ਇੱਕ ਹੋਰ ਆ ਰਹੀ ਜਿੰਨਾ ਤੇਰੀ ਮਰਜ਼ੀ, ਨਚਾ ਵੇ ਦੀਆਂ? ਨਹੀਂ ਨਚਾ ਨਹੀਂ, ਸਿਰਫ ਜਿੰਨਾ ਤੇਰੀ ਮਰਜ਼ੀ। ਅੱਛਾ, ਉਹ ਵੀ ਬਹੁਤ ਅੱਛੀ ਮੂਵੀ ਹੈ। ਉਸ ਤੋਂ ਬਾਅਦ ਫਿਰ ਫਿਲਮਾਂ ਅੱਗੇ ਆ ਰਹੀਆਂ, ਕਾਫੀ ਫਿਲਮਾਂ ਆ ਰਹੀਆਂ ਜੀ, ਨਾਲ ਨਾਲ ਕੰਮ ਕਰ ਰਹੇ ਹਾਂ, ਬਸ ਮਿਹਨਤ ਮਜ਼ਦੂਰੀ। ਐਨੀ ਹਾਓ ਮਿੱਟੀ ਪਾਓ, ਆਪਣਾ ਚੌਧਰੀ ਸ਼ੁਜਾਤ ਸਾਹਿਬ ਤੋਂ ਮੁਤਾਸਰ ਹੋ ਕੇ ਨਾਮ ਰੱਖਿਆ? ਨਹੀਂ ਜੀ, ਉਹਨਾਂ ਤੋਂ ਨਹੀਂ, ਉਹਨਾਂ ਮਿੱਟੀ ਬੜੀ ਦੇਰ ਦੀ ਪਾਤੀ ਸੀ, ਅਸੀਂ ਤੇ ਹੁਣ ਫੂਲ ਫੂਲ ਕੇ ਪਾਈ ਹੈ ਨਵੀਂ ਪਾਈ, ਉਹਦੀ ਵਜ੍ਹਾ ਤੋਂ ਆ ਕੇ ਨਾ ਜੀ, ਥੋੜਾ ਜਿਹਾ ਨਾਂ ਇਸ ਲਈ ਰੱਖਿਆ ਸੀ ਕਿ ਉਹ ਬੰਦੇ ਗੱਲ ਗੱਲ ਨਾਲ ਕੁਛ ਮੀਰ ਘਰਾਨਾ ਹੁੰਦਾ, ਕੋਈ ਐਸਾ ਹੁੰਦਾ, ਉਹ ਵੱਡੀ ਗੱਲ ਨੂੰ ਵੀ ਛੋਟੀ ਸਮਝਦੇ ਨੇ, ਉਹ ਕਹਿੰਦੇ ਐਨੀ ਹਾਓ ਯਾਰ, ਐਨੀ ਹਾਓ ਮਿੱਟੀ ਪਾਓ, ਮਿੱਟੀ ਪਾਓ, ਕਿ ਗੱਲ ਵੱਡੀ ਤੋਂ ਵੱਡੀ ਵੀ ਹੋ ਗਈ। ਇਸੇ ਤਰ੍ਹਾਂ ਹੀ ਉਹ ਰਿਸ਼ਤਿਆਂ ਦਾ, ਉਹਨਾਂ ਦਾ ਮਸਲਾ ਹੁੰਦਾ, ਬੇਟੀਆਂ ਦਾ ਰਿਸ਼ਤਾ ਕਰਦੇ ਨੇ, ਉਹਦੇ ਵਿੱਚ ਆ ਕੇ ਉਹ ਫਿਲਮ ਦੀ ਕਹਾਣੀ ਐਸੀ ਹੁੰਦੀ ਹੈ ਕਿ ਉਹ ਰਿਸ਼ਤਾ ਵੀ ਕਰਦੇ, ਬੇਟੀਆਂ ਦਾ ਵਿਆਹ ਵੀ ਰੱਖ ਲੈਂਦੇ ਨੇ, ਫਿਰ ਵੀ ਉਹ ਕਹਿੰਦੇ ਐਨੀ ਹਾਓ ਮਿੱਟੀ ਪਾਓ, ਜਿਵੇਂ ਉਹਨਾਂ ਵਾਸਤੇ ਕੋਈ ਗੱਲ ਹੀ ਨਹੀਂ ਹੈਗੀ। ਅੱਜ ਕੱਲ੍ਹ ਇੱਕ ਐਲਾਨ ਕੀਤਾ ਆਫਤਾਬ ਸਾਹਿਬ ਨੇ ਕਿ ਤੁਸੀਂ ਉਹਨਾਂ ਦਾ ਸ਼ੋਅ ਜੁਆਇਨ ਕਰ ਰਹੇ ਹੋ। ਜੀ, ਮੈਂ ਜਾ ਰਿਹਾ ਉਹਨਾਂ ਦੇ ਸ਼ੋਅ 'ਚ, ਸੈੱਟ ਸੁੱਟ ਲੱਗ ਰਿਹਾ, ਸੈੱਟ ਨਾਮੁਕੰਮਲ ਹੋਣ ਦੀ ਵਜ੍ਹਾ ਤੋਂ ਮੈਂ ਨਹੀਂ ਗਿਆ। ਮੈਂ ਵੀ ਸੋਚਿਆ, ਉਹਨਾਂ ਨੇ ਵੀ ਇਹੀ ਕਿਹਾ ਕਿ ਯਾਰ ਸੈੱਟ ਲੱਗੇਗਾ, ਨਵੀਂ ਚੀਜ਼ ਹੋਏਗੀ, ਨਵੀਂ ਜਗ੍ਹਾ ਹੋਏਗੀ, ਉਹਦੀ ਵਜ੍ਹਾ ਤੋਂ ਆ ਕੇ ਨਾ ਜੀ, ਉਹ ਫਿਰ ਇੱਕ ਨਵੇਂ ਦੂਸਰੇ ਐਕਟਰ ਜਿਨ੍ਹਾਂ ਨੇ ਵਿੱਚ ਇਹਨਾਂ ਹੋਣਾ, ਉਹਨਾਂ ਨੂੰ ਫਿਰ ਅਸੀਂ ਲਿਆਈਏ ਤਾਂ ਫਿਰ ਜ਼ਿਆਦਾ ਅੱਛਾ ਹੋ ਜਾਏ। ਮੋਸਟ ਪਾਪੂਲਰ ਸ਼ੋਅ ਜਿਹੜਾ ਤੁਸੀਂ ਹੁਣ ਛੱਡਿਆ ਮੁਜ਼ਾਕਰਾਤ, ਜੀ ਜੀ, ਉਹਦੀ ਕੀ ਵਜ੍ਹਾ ਹੋਈ? ਉਹ ਵਜ੍ਹਾ ਇਹ ਹੋਈ ਜੀ, ਮੈਂ ਆਪ ਛੱਡਿਆ, ਉਹਨਾਂ ਨੇ ਤੇ ਮੈਨੂੰ ਕਿਹਾ ਸੀ, ਉਹਨਾਂ ਦਾ ਨਹੀਂ ਨਾ ਕੋਈ ਕਸੂਰ, ਨਾ ਕੋਈ ਮੇਰਾ ਵੀ ਕਸੂਰ ਇਹ ਸੀ ਕਿ ਮੈਨੂੰ ਨਾ ਜੀ ਫਿਲਮਾਂ ਮਿਲਦੀਆਂ ਸੀ, ਤੋ ਉਹਨਾਂ ਦੀ ਵਜ੍ਹਾ ਤੋਂ ਮੈਂ ਫਿਲਮਾਂ ਨਹੀਂ ਸੀ ਕਰ ਪਾ ਰਿਹਾ। ਤੋ ਜ਼ਾਹਰੀ ਬਾਤ ਹੈ, ਫਿਲਮ ਇੱਕ ਵੱਡਾ ਮੀਡੀਆ ਹੈ, ਆਖਰੀ ਸਟੇਜ ਹੈ ਇਸ ਸ਼ੋਅ ਬੇਸ ਦਾ, ਤੇ ਮੈਂ ਇਹ ਚਾਹੁੰਦਾ ਕਿ ਯਾਰ ਫਿਲਮਾਂ ਕਰੀਏ, ਫਿਲਮਾਂ ਕਰੀਏ, ਠੀਕ ਹੈ ਨਾ। ਤੋ ਇਸ ਵਜ੍ਹਾ ਤੋਂ ਮੈਨੂੰ ਉਹ ਥੋੜ੍ਹਾ ਜਿਹਾ ਨਾ ਜੀ ਛੱਡਣਾ ਪਿਆ, ਮੈਂ ਕਿਹਾ ਯਾਰ ਉਹ ਸੀ ਫਿਲਮਾਂ ਦਾ, ਉਹ ਹੁਣ ਆਫਤਾਬ ਸਾਹਿਬ ਨਾਲ ਜਾ ਰਿਹਾ, ਤਾਂ ਉਹਨਾਂ ਨਾਲ ਪਹਿਲੇ ਗੱਲ ਹੋਈ, ਉਹਨਾਂ ਆਪ ਵੀ ਕਿਹਾ ਕਿ ਯਾਰ ਜਦੋਂ ਫਿਲਮ ਮਿਲੇ ਨਾ ਤੁਸੀਂ ਜਾ ਕੇ ਫਿਲਮ ਕਰ ਆਉਣਾ, ਫਿਰ ਵਾਪਸ ਬੈਕ ਆ ਜਾ। ਤੇ ਇੱਕ ਤਾਸੁਰ ਦਿੱਤਾ ਜਾਂਦਾ ਕਿ ਆਫਤਾਬ ਇਕਬਾਲ ਇੱਕ ਬਹੁਤ ਜ਼ਿਆਦਾ ਸਖਤ ਤੇ ਬੜੇ ਕੰਮ ਲੈਣ ਵਾਲੇ ਬੰਦੇ ਨੇ, ਆਇਆ ਉਹਨਾਂ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਏਗਾ? ਦੇਖੋ, ਸਖਤੀ ਕੰਮ ਦੀ ਕਰਦੇ ਨਾ, ਕਿ ਯਾਰ ਕੰਮ ਕਰੋ, ਤੇ ਥੋੜ੍ਹਾ ਬਹੁਤਾ ਆਉਂਦਾ, ਥੋੜ੍ਹਾ ਬਹੁਤਾ ਕੁਛ ਉਹਨਾਂ ਕੋਲੋਂ ਵੀ ਸਿੱਖ ਲਾਂਗੇ,
ਦੇਖੋ ਕੋਈ ਬੰਦਾ ਤੁਹਾਨੂੰ ਕੰਮ ਦੀ ਵਜ੍ਹਾ ਤੋਂ ਕੁਛ ਕਹਿੰਦਾ ਨਾ ਤੇ ਮੇਰਾ ਖਿਆਲ ਹੈ ਉਹ ਕੰਮ ਦੀ ਵਜ੍ਹਾ ਤੋਂ ਕਹਿੰਦਾ ਉਹਦੇ ਨਾਲ ਕੋਈ ਜ਼ਾਤੀ ਕੋਈ ਮੁਖਾਲਫਤ ਨਹੀਂ ਉਹਦੀ ਤੁਹਾਡੇ ਨਾਲ ਤੇ ਜੇ ਤੁਸੀਂ ਕੰਮ ਉਹਨਾਂ ਨਾਲ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕਰੋ ਉਹਨਾਂ ਜਿਵੇਂ ਦਾ ਉਹ ਕਹਿਣ ਉਸ ਤਰ੍ਹਾਂ ਦਾ ਕੰਮ ਕਰੀ ਜਾਓ ਤੇ ਮੇਰਾ ਖਿਆਲ ਹੈ ਕੋਈ ਵੀ ਸਖ਼ਤ ਨਹੀਂ ਰਹਿੰਦਾ ਸਹਿਲ ਸਾਹਿਬ ਨਾਲ ਅਸੀਂ ਇੰਨੀ ਦੇਰ ਕੰਮ ਕੀਤਾ ਸਹਿਲ ਸਾਹਿਬ ਬਹੁਤ ਸਖ਼ਤ ਇਸ ਫੀਲਡ ਦੇ ਵਿੱਚ ਪਾਏ ਗਏ ਨੇ ਜਿਹਨਾਂ ਕੋਲ ਮਾਨੁੱਲਾ ਸਾਹਿਬ ਵੀ ਕਹਿੰਦੇ ਹੁੰਦੇ ਹਨ ਕਿ ਯਾਰ ਯਾਰ ਸਹਿਲ ਨੇ ਰਹਿਸਲ ਰੱਖੀ ਹੈ ਯਾਰ ਟਾਈਮ ਨਾ ਚੱਲੀਏ ਯਾਰ ਜਾਣਾ ਪੈਣਾ ਰਿਹਰਸਲ ਦੇ ਦੌਰਾਨ ਬੜੀ ਸਖ਼ਤੀ ਕਰਦੇ ਹਨ ਡਰਾਮੇ ਦੇ ਦੌਰਾਨ ਰਿਹਰਸਲ ਦੇ ਦੌਰਾਨ ਕੋਈ ਐਸਾ ਜੁੰਬਲਾ ਨਾ ਮੂੰਹ ਚੋਂ ਨਿਕਲੇ ਮੈਂ ਤਾਂ ਉਹਨਾਂ ਨਾਲ ਬੜੀ ਦੇਰ ਕੰਮ ਕੀਤਾ ਮੈਂ ਜਿੰਨਾ ਕੰਮ ਕੀਤਾ ਉਹਨਾਂ ਨਾਲ ਕੀਤਾ ਮੈਨੂੰ ਜ਼ਿਆਦਾ ਮਜ਼ਾ ਉਹਨਾਂ ਨਾਲ ਹੀ ਆਇਆ ਤੇ ਮੈਨੂੰ ਇਸ ਤਰ੍ਹਾਂ ਦੇ ਬੰਦਿਆਂ ਨਾਲ ਬਹੁਤ ਅੱਛਾ ਲੱਗਦਾ ਬੜਾ ਮੈਨੂੰ ਮਜ਼ਾ ਆਉਂਦਾ ਸਿੱਖਣ ਦਾ ਵੀ ਮੌਕਾ ਮਿਲਦਾ ਫਿਰ ਕੰਮ ਕਰਨ ਦਾ ਮੌਕਾ ਮਿਲਦਾ ਕੰਮ ਕਰਨ ਦੇ ਨਾਲ ਕੰਮ ਆਉਂਦਾ ਇਹ ਨਹੀਂ ਕਿ ਕੰਮ ਕਿਸੇ ਦਾ ਵੇਖ ਕੇ ਕੰਮ ਘੱਟ ਆਉਂਦਾ ਕਰਨ ਨਾਲ ਜ਼ਿਆਦਾ ਆਉਂਦਾ ਜਦੋਂ ਤੁਸੀਂ ਕਰਦੇ ਰਹਿੰਦੇ ਹੋ ਨਾ ਜੀ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਦੇ ਰਹਿੰਦੇ ਹੋ ਉਹਦੇ ਵਾਸਤੇ ਅੱਗੇ ਜਾ ਕੇ ਤੁਹਾਡੇ ਲਈ ਆਸਾਨੀਆਂ ਪੈਦਾ ਹੁੰਦੀਆਂ ਤੇ ਤੁਸੀਂ ਕੀ ਸਮਝਦੇ ਹੋ ਕਿ ਆਫਤਾਬ ਸਾਹਿਬ ਇਕਬਾਲ ਦੇ ਨਾਲ ਤੁਹਾਡੀ ਐਡਜਸਟਮੈਂਟ ਸਹੀ ਰਹੇਗੀ ਇਨਸ਼ਾਅੱਲਾ ਕਿ ਤੁਸੀਂ ਵੀ ਦੂਸਰੇ ਜਿਹੜੇ ਆਰਟਿਸਟ ਨੇ ਸਾਡੇ ਬੜੇ ਮਸ਼ਹੂਰੋ ਮਰੂਫ ਅਨੀਲ ਬੇਲਾ ਆਪਣਾ ਸਲੀਮ ਅਲ ਬੇਲਾ ਫਿਰ ਆਪਣਾ ਸਖਾਵਤ ਨਾਲ ਨਾਸਰ ਚਨੋਟੀ ਜ਼ਫਰੀ ਖਾਨ ਆਲਮੋਸਟ ਸਾਰੇ ਸਟੇਜ ਨੇ ਹੀ ਉਹਨਾਂ ਦੇ ਨਾਲ ਕੰਮ ਕੀਤਾ ਜੀ ਜੀ ਬਿਲਕੁਲ ਉਹਦੇ ਵਿੱਚ ਕੋਈ ਇਹਦੇ ਚ ਸ਼ੱਕ ਵਾਲੀ ਗੱਲ ਨਹੀਂ ਕਿ ਉਹਨਾਂ ਨੇ ਕਾਫੀ ਜਦੋਂ ਉਹਨਾਂ ਨੇ ਇਸ ਕੰਮ ਨੂੰ ਇਸ ਕੰਮ ਦਾ ਜਦੋਂ ਸ਼ੁਰੂਆਤ ਹੋਈ ਹੈ ਤੇ ਉਹਨਾਂ ਨੇ ਤੇ ਸਹਿਲ ਸਾਹਿਬ ਨੇ ਕੀਤੀ ਜੀ ਬਿਲਕੁਲ ਉਹ ਦੋ ਬੰਦੇ ਬੈਠ ਕੇ ਤੇ ਇਹਨਾਂ ਨੂੰ ਸ਼ੁਰੂ ਕੀਤਾ ਫਿਰ ਹਰ ਟੀਵੀ ਨੇ ਉਹਨਾਂ ਨੂੰ ਵੇਖ ਕੇ ਬਿਆਦ ਸਾਹਿਬ ਨੇ ਉਹਨਾਂ ਨੂੰ ਠੀਕ ਹੈ ਨਾ ਜੀ ਫਾਲੋ ਕੀਤਾ ਇਸੇ ਤਰ੍ਹਾਂ ਹੀ ਹੈ ਮੇਰੀ ਤੇ ਕੋਸ਼ਿਸ਼ ਹੁੰਦੀ ਕਿ ਯਾਰ ਜਿਹਦੇ ਨਾਲ ਜੁੜੀਏ ਨਾ ਉਹਦੇ ਨਾਲ ਤੁਰੇ ਰਹੀਏ ਠੀਕ ਹੈ ਨਾ ਦੂਸਰੇ ਬੰਦੇ ਨਾਲ ਨਾ ਜਾਏ ਬੰਦਾ ਕੋਈ ਗੱਲ ਹੋਵੇ ਵੀ ਤਾਂ ਆਪਸ ਵਿੱਚ ਬੈਠ ਕੇ ਮੁਕਾ ਲੈਣੀ ਚਾਹੀਦੀ ਠੀਕ ਤੇ ਇਹ ਆਫਰ ਜਿਹੜੀ ਹੈ ਆਫਤਾਬ ਸਾਹਿਬ ਤਰਫ ਤੋਂ ਆਈ ਹੈ ਜਾਂ ਤੁਹਾਡੀ ਤਰਫ ਤੋਂ ਨਹੀਂ ਮੈਂ ਉਹ ਵੀ ਚਾਹ ਰਹੇ ਹਨ ਕਿ ਯਾਰ ਮੇਰੇ ਕੋਲ ਆ ਜਾਣ ਮੈਨੂੰ ਮੈਸੇਜ ਮਿਲੇ ਉਸ ਨਾਲ ਮਿਲੇ ਮੈਂ ਕਿਹਾ ਜੀ ਠੀਕ ਹੈ ਫਿਰ ਜਦੋਂ ਮੇਰਾ ਬ੍ਰੇਕਅਪ ਹੋਇਆ ਇਹਦੇ ਨਾਲ ਮੁਜ਼ਾਕਰਾਤ ਨਾਲ ਮੈਂ ਫਿਲਮ ਕਰ ਰਿਹਾ ਸੀ ਉਦੋਂ ਮੈਨੂੰ ਫੋਨ ਗਿਆ ਕਿ ਯਾਰ ਪਤਾ ਤਾਂ ਇਸ ਫੀਲਡ 'ਚ ਲੱਗ ਜਾਂਦਾ ਨਾ ਜੀ ਫਿਰ ਉਹਨਾਂ ਨਾਲ ਗੱਲਬਾਤ ਹੋ ਗਈ ਉਹਨਾਂ ਨਾਲ ਤਹਿ ਪਾ ਲਿਆ ਕਿ ਆਫਤਾਬ ਸਾਹਿਬ ਦੇ ਨਾਲ ਪਾਕਿਸਤਾਨ 'ਚ ਤੁਹਾਡੀ ਪਹਿਲੇ ਕੋਈ ਮੁਲਾਕਾਤ ਵਗੈਰਾ ਹੋਈ ਜੀ ਪਹਿਲੇ ਮੇਰੀ ਹੋਈ ਮੁਲਾਕਾਤ ਉਹਨਾਂ ਨਾਲ ਗੱਲਬਾਤ ਹੋਈ ਹੈ ਇੱਥੇ ਵੀ ਜਾਣਦੇ ਨੇ ਉਹ ਵੀ ਮੈਨੂੰ ਜਾਣਦੇ ਮੈਂ ਵੀ ਉਹਨਾਂ ਨੂੰ ਜਾਣਨਾ ਤੇ ਉਹ ਆਫਤਾਬ ਸਾਹਿਬ ਮਾਸ਼ਾਅੱਲਾ ਇੱਕ ਬੜੇ ਅੱਛੇ ਨੇ ਉਹ ਸਭ ਆਰਟਿਸਟਾਂ ਨੂੰ ਜਾਣਦੇ ਨੇ ਸਭ ਨਾਲ ਕੰਮ ਵੀ ਉਹਨਾਂ ਨੇ ਕੀਤਾ ਪਿਆਰ ਵੀ ਕੀਤਾ ਕਿਉਂਕਿ ਤੁਸੀਂ ਉਹਨਾਂ ਦੇ ਸ਼ੋਅ 'ਚ ਪਹਿਲੇ ਕੰਮ ਨਹੀਂ ਨਾ ਕੀਤਾ ਮੈਂ ਕਰਾਂਗਾ ਇਨਸ਼ਾਅੱਲਾ ਨਹੀਂ ਨਹੀਂ ਉਹ ਜਾਣਦੇ ਨੇ ਮੈਨੂੰ ਜਾਣਦੇ ਨੇ ਮੈਂ ਤਾਂ ਸਾਰੀ ਦੁਨੀਆ ਜਾਣਦੀ ਹੈ ਉਹਨਾਂ ਨੂੰ ਵੀ ਜਾਣਦੀ ਹੈ ਉਹ ਵੀ ਇੱਕ ਲੇਜੰਡ ਨੇ ਗਏ ਦੁਨੀਆ ਦੇ ਵਿੱਚ ਕਦੀ ਮੈਂ ਉਹਨਾਂ ਨੂੰ ਜਾਣਨ ਲੱਗ ਪਏ ਨੇ ਕਦੀ ਉਹ ਦੁਨੀਆ 'ਚ ਮੈਨੂੰ ਜਾਣਨ ਨਹੀਂ ਗਾਣਾ ਖੇਲਣ ਲੱਗ ਪੈਣਾ ਨਹੀਂ ਨਹੀਂ ਬਹੁਤ ਅੱਛੇ ਇਨਸਾਨ ਨੇ ਬੈਸਟ ਆਫ ਲੱਕ ਸਰ ਤੁਸੀਂ ਉਹਨਾਂ ਦਾ ਸ਼ੋਅ ਜ਼ਰੂਰ ਜੁਆਇਨ ਕਰੋ ਇਨਸ਼ਾਅੱਲਾ ਰੂਬੀ ਆਪਾ ਵੀ ਜੁਆਇਨ ਕਰ ਰਹੀ ਹੈ ਹਾਂਜੀ ਤੇ ਇੱਕ ਉਹਨਾਂ ਨੇ ਹੋਰ ਇੱਕ ਸ਼ਖਸ ਨਾਲ ਲਿਤਾ ਸੀ ਸਾਹਿਬ ਅਲ ਮਰੂਫ ਉਹਨਾਂ ਦਾ ਗਲਤ ਹੈਗਾ ਬਹਰਹਾਲ ਉਹ ਵੀ ਜੁਆਇਨ ਕਰ ਰਹੇ ਨੇ ਜੀ ਜੀ ਤੇ ਕੋਈ ਅੰਦਾਜ਼ਾ ਕਿ ਕਦੋਂ ਤੱਕ ਤੁਸੀਂ ਜੁਆਇਨ ਕਰੋਗੇ ਮੈਂ ਜਾ ਰਿਹਾ ਜੀ ਇਨਸ਼ਾਅੱਲਾ ਜਲਦੀ ਉਹਨਾਂ ਕੋਲ ਸੈੱਟ ਜਿਵੇਂ ਤਿਆਰ ਹੋ ਜਾਂਦਾ ਉਹਨਾਂ ਦਾ ਸੈੱਟ ਤਿਆਰ ਹੋ ਗਿਆ ਨੇੜੇ ਲੱਗ ਗਿਆ ਤੇ ਲੱਗਣ ਡਿਆ ਸੈੱਟ ਬਸ ਜਿਵੇਂ ਕੰਪਲੀਟ ਹੋ ਜਾਂਦਾ ਤੇ ਅਸੀਂ ਉਹਨਾਂ ਦੇ ਕੋਲ ਕੰਮ ਕਰਾਂਗੇ ਇਨਸ਼ਾਅੱਲਾ ਜਦੋਂ ਤੁਸੀਂ ਕੋਮੇਡੀ ਦੇ ਵਿੱਚ ਰਿਐਕਟ ਕਰਦੇ ਹੋ ਜਾਂ ਮਤਲਬ ਕਿ ਕੋਮੇਡੀ ਕੋਈ ਆਪਣਾ ਜੁਮਲਾ ਥਰੋ ਕਰਦੇ ਹੋ ਅੱਗੇ ਰੂਬੀ ਅਨਮ ਸਾਹਿਬਾ ਕੋਈ ਜਵਾਬ ਦੇਣ ਤੁਹਾਨੂੰ ਖੌਫ ਆਉਂਦਾ ਉਹਨਾਂ ਕੋਲੋਂ ਨਹੀਂ ਨਹੀਂ ਖੌਫ ਕਾਹਦਾ ਉਹ ਕਿਹੜਾ ਕੋਈ ਸਿਰ 'ਚ ਡਾਂਗ ਮਾਰ ਦਿੰਦੇ ਨੇ ਉਹ ਅਸੀਂ ਗੱਲ ਕਰਨੀ ਆ ਇੱਕ ਅੰਦਾਜ਼ ਹੁੰਦਾ ਨਾ ਬੰਦੇ ਦਾ ਅੱਛੀ ਆਰਟਿਸਟ ਉਹਨਾਂ ਦਾ ਅੰਦਾਜ਼ ਬਹੁਤ ਅੱਛਾ ਹੈ ਉਹ ਆਰਟਿਸਟ ਬਹੁਤ ਅੱਛੇ ਨੇ ਠੀਕ ਹੈ ਨਾ ਜੀ ਸਾਡੇ ਨਾਲ ਉਹਨਾਂ ਨੇ ਇੱਕ ਫਿਲਮ ਵੀ ਕੀਤੀ ਚੱਲ ਮੇਰਾ ਪੁੱਤ ਬਲਕਿ ਦੋ ਕੀਤੀਆਂ ਦੋ ਮੂਵੀ ਪਹਿਲੇ ਚ ਵੀ ਦੂਜੇ ਚ ਤਿੰਨੇ ਕੀਤੀਆਂ ਮੇਰਾ ਉਹਨਾਂ ਨੇ ਤੂੰ ਬੜੇ ਅੱਛੇ ਬੜੇ ਅੱਛੇ ਇਹ ਨਹੀਂ ਕਿ ਇੱਕ ਹੁੰਦਾ ਨਾ ਯਾਰ ਤੁਹਾਨੂੰ ਲੱਗੇਗਾ ਨਾ ਯਾਰ ਕੁੜੀ ਹੈ ਨਾਲ ਉਹ ਤੁਹਾਨੂੰ ਇਸ ਤਰ੍ਹਾਂ ਲੱਗੇ ਕੋਈ ਦੋਸਤ ਬੈਠਾ ਦੋਸਤ ਬੈਠਾ ਠੀਕ ਹੈ ਗੱਪ ਛੱਪ ਪੂਰਾ ਪਰਾ ਜਦੋਂ ਸਾਰੀ ਬਾਤ ਕੰਮ 'ਚ ਜਦੋਂ ਕੰਮ 'ਚ ਜਿੰਨਾ ਉਹ ਪਿਆਰ ਨਾਲ ਖੁੱਭ ਕੇ ਕੰਮ ਕਰਦੇ ਉਹ ਲੱਗਦਾ ਕਿ ਵਾਕਈ ਯਾਰ ਉਹ ਮਾਲਕਣ ਬਣੇ ਸੀ ਤੇ ਸਾਨੂੰ ਲੱਗਦਾ ਸੀ ਕਿ ਯਾਰ ਮਾਲਕਣ ਆ ਗਈ ਉੱਤੋਂ ਡਰ ਖੌਫ ਵੇਖ ਉਹਦਾ ਰੌਲਾ ਪਾਇਆ ਜੇ ਇੱਥੇ ਤੇਰੇ ਪਿਓ ਦਾ ਜੰਝ ਚੜਨ ਡਈ ਉਹ ਕਹਿੰਦੀ ਇੰਨੇ ਥਰੋ ਨਾਲ ਸੁਣ ਕੇ ਸੁਣਨ ਵਾਲੇ ਬੰਦੇ ਦੂਜੇ ਨੂੰ ਵੀ ਲੱਗਦਾ ਸੀ ਕਿ ਵਾਕਈ ਕੋਈ ਮਾਲਕ ਮਕਾਨ ਦੀ ਇਹ ਟੈਂਪੋ ਹੋਣੀ ਚਾਹੀਦੀ ਵਿੱਕੀ ਘੋਡੂ ਤੁਹਾਡੇ ਨਾਲ ਹੁਣ ਫਿਲਮ ਕੀਤੀ ਉਹਨੇ ਜੀ ਕੈਸਾ ਰਿਹਾ ਅੱਛਾ ਰਿਹਾ ਅੱਛਾ ਬਹੁਤ ਅੱਛਾ ਹੈ ਬੱਚਾ ਉਹਨੂੰ ਨਾ ਜੀ ਜੋ ਦੱਸੋ ਉਹ ਕਰਦਾ ਠੀਕ ਔਰ ਅੱਛਾ ਸਿਚੁਏਸ਼ਨ ਪਿਆਰ ਉਹਦੇ ਨਾਲ ਸਾਰੇ ਕਰਦੇ ਨੇ ਉਹ ਕੰਮ ਵਾਲਾ ਬੱਚਾ
ਉਹ ਜਿਵੇਂ ਇੱਕ ਹੁੰਦਾ ਨਾ ਕਿ ਅੱਲਾਹ ਤਾਲਾ ਨੇ ਕੋਈ ਨਾ ਕੋਈ ਟਾਈਮ ਕੋਈ ਦਿਨ ਲਿਆਉਣਾ ਹੁੰਦਾ ਹਰ ਬੰਦੇ ਤੇ, ਜਿਵੇਂ ਜਵੇਦ ਕੌਡੂ ਸਾਹਿਬ ਹਿੱਟ ਸੀ, ਬਿਲਕੁਲ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਉਹ ਬਹੁਤ ਅੱਛਾ ਜਾ ਰਿਹਾ ਜੀ, ਉਹ ਸਟੇਜ ਤੇ ਵੀ ਫਿਲਮ ਚ ਵੀ, ਔਰ ਉਹਨੂੰ ਲਾਫਟਰ ਆਉਂਦਾ, ਉਹਦੀ ਗੱਲ ਚ ਬਰਕਤ ਹੈ, ਅੱਲਾਹ ਤਾਲਾ ਉਹਦੀ ਗੱਲ ਚ ਬਰਕਤ ਪਾਈ ਹੈ, ਕੋਈ ਜਿਹੜੀ ਗੱਲ ਕਰਦਾ ਨਾ ਜੀ ਉਹ ਸੁਣੀ ਜਾਂਦੀ।